ਕਹਿੰਦੇ ਆ ਜੀ 15 ਕੁ ਦਿਨ ਹੋਏ ਆ ਕਿ ਨੇਪਾਲੀ ਰੱਖਿਆ ਸੀ ਇੱਥੇ ਘਰ ਦੇ ਵਿੱਚ ਜੇ ਇਹਦਾ ਬੰਦਾ ਸੁਰੱਖਿਅਤ ਨਹੀਂ ਆਪਣੇ ਘਰ ਡੋਗ ਰੱਖੇ ਬੰਦੇ ਰੱਖੇ ਆ ਐਡੀ ਵੱਡੀ ਬਿਲਡਿੰਗ ਆ ਜੇ ਲੋਕ ਅੰਦਰ ਹੀ ਰਲ ਕੇ ਔਰ ਇਕੱਲੇ ਬੰਦੇ ਦਾ ਕੰਮ ਨਹੀਂ ਇਹ ਘੱਟ ਤੋਂ ਘੱਟ 5-7 ਬੰਦਿਆਂ ਦਾ ਕੰਮ ਆ ਅੱਧੀ ਦਰਜਨ ਤਾਂ ਹਲੇ ਦਾਖਲ ਹੀ ਆ ਗਾਂਧੀ ਹਸਪਤਾਲ ਦੇ ਵਿੱਚ ਘਰ ਦੇ ਵਿੱਚ ਸਾਰਾ ਇਕੱਲਾ ਇਕੱਲਾ ਕਮਰਾ ਇਕੱਲੀ ਇਕੱਲੀ ਬਾਰੀ ਸਭ ਕੁਛ ਤੋੜਿਆ ਆ ਲੋਕਰ ਇੱਦਾਂ ਤੋੜਿਆ ਮੈਂ ਕਦੀ ਸੋਚ ਨਹੀਂ ਸਕਦਾ ਨਾ ਚੋਰੀ ਦੇ ਵਿੱਚ ਬਾਹਰ ਏਟੀਐਮ ਤੋੜਦੇ ਆ ਇੱਦਾਂ ਉਹਦਾ ਹਾਲ ਕੀਤਾ ਪਿਆ ਜੇਕਰ ਤੁਸੀਂ ਖਬਰ ਨੂੰ ਸੁਣਦੇ ਸੁਣਦੇ ਕੋਈ ਕੰਮ ਕਾਰ ਕਰਦੇ ਹੋ ਤਾਂ ਸਾਰੇ ਕੰਮ ਛੱਡ ਕੇ ਪਹਿਲਾਂ ਇਸ ਖਬਰ ਨੂੰ ਧਿਆਨ ਨਾਲ ਸੁਣੋ ਕਿਉਂਕਿ ਤੁਹਾਡੇ ਘਰ ਵਿੱਚ ਕੋਈ ਸ਼ਾਤਰ ਤੁਹਾਡੀ ਜਾਨ ਲੈ ਸਕਦਾ ਹੈ ਜੀ ਹਾਂ ਮਾਮਲਾ ਜ਼ਿਲ੍ਹਾ ਜਲੰਧਰ ਦੇ ਅਧੀਨ ਪੈਂਦੇ ਹਲਕਾ ਫਗਵਾੜਾ ਦੇ ਨਿਊ ਪਟੇਲ ਨਗਰ ਦਾ ਹੈ ਜਿੱਥੇ ਘਰ ਵਿੱਚ ਰੱਖੇ ਨੇਪਾਲੀ ਨੌਕਰ ਨੇ ਘਰ ਦੇ ਮਾਲਕਾਂ ਨਾਲ ਅਜਿਹਾ ਘਟੀਆਕਾਰਾ ਕੀਤਾ ਹੈ ਜਿਸ ਨੂੰ ਸੁਣ ਕੇ ਤੁਹਾਡਾ ਦਿਲ ਦਹਿਲ ਸਕਦਾ ਹੈ ਪੂਰਾ ਮਾਮਲਾ ਸੁਣੋ ਪਰਿਵਾਰ ਦੇ ਰਿਸ਼ਤੇਦਾਰਾਂ ਦੇ ਜ਼ੁਬਾਨੀ ਹਾਂਜੀ ਸਰ ਕੀ ਮਾਮਲਾ ਕੀ ਜਿਹੜਾ ਅੱਜ ਪਟੇਲ ਨਗਰ 'ਚ ਆਏ ਤੁਸੀਂ ਦੇਖੋ ਸਾਡੇ ਅਜੀਤ ਭਾਜੀ ਆ ਬਹੁਤ ਵਧੀਆ ਇਨਸਾਨ ਆ ਔਰ ਰੱਬ ਨੂੰ ਮੰਨਣ ਵਾਲੇ ਪਰਮਾਤਮਾ ਨੂੰ ਮੰਨਣ ਵਾਲੇ 24 ਘੰਟੇ ਰੱਬ ਦਾ ਨਾਂ ਲੈਂਦੇ ਕਹਿੰਦੇ ਆ ਜੀ 15 ਕੁ ਦਿਨ ਹੋਏ ਆ ਕਿ ਨੇਪਾਲੀ ਰੱਖਿਆ ਸੀ ਇੱਥੇ ਘਰ ਦੇ ਵਿੱਚ ਨਵਾਂ ਹੀ ਔਰ ਉਹਨੇ ਸਾਰਾ ਰਾਤੀ ਪਰਿਵਾਰ ਨੂੰ ਰੋਟੀ ਦੇ ਵਿੱਚ ਦਵਾਈ ਦੇ ਕੇ ਸਾਰੇ ਪਰਿਵਾਰ ਨੂੰ ਜਿੰਨੇ ਲੇਡੀਜ਼ ਇਹਨਾਂ ਦੇ ਘਰ ਕੰਮ ਕਰਦੇ ਜੀ ਇਹਨਾਂ ਦੀ ਭੂਆ ਜੀ ਮਾਸੀ ਜੀ ਆਪ ਭਾਬੀ ਜੀ ਔਰ ਭਾਜੀ ਸਾਰਿਆਂ ਨੂੰ ਦਵਾਈ ਦੇ ਕੇ ਨਸ਼ੇ 'ਚ ਕਰਕੇ ਔਰ ਸਾਰਾ ਸਮਾਨ ਇੱਥੋਂ ਘਰੋਂ ਚੱਕ ਕੇ ਲੈ ਗਏ ਔਰ ਲੋਕਰ ਇੱਦਾਂ ਤੋੜਿਆ ਮੈਂ ਕਦੀ ਸੋਚ ਨਹੀਂ ਸਕਦਾ ਨਾ ਚੋਰੀ ਦੇ ਵਿੱਚ ਬਾਹਰ ਏਟੀਐਮ ਤੋੜਦੇ ਆ ਇੱਦਾਂ ਉਹਦਾ ਹਾਲ ਕੀਤਾ ਪਿਆ ਅਤੇ ਪਤਾ ਨਹੀਂ ਭਾਜੀ ਨੂੰ ਹਲੇ ਵੀ ਹੋਸ਼ ਨਹੀਂ ਹੈਗੀ ਔਰ ਗਾਂਧੀ ਹਸਪਤਾਲ ਉਹਨਾਂ ਨੂੰ ਦਾਖਲ ਕਰਾ ਦਿੱਤਾ ਗਿਆ ਔਰ ਬਹੁਤ ਮਨ ਭਾਗੀ ਆ ਇਹ ਦੇਖੋ ਵੀ ਜੇ ਇੱਦਾਂ ਬੰਦਾ ਸੁਰੱਖਿਅਤ ਨਹੀਂ ਆਪਣੇ ਘਰ ਡੋਗ ਰੱਖੇ ਬੰਦੇ ਰੱਖੇ ਆ ਐਡੀ ਵੱਡੀ ਬਿਲਡਿੰਗ ਆ ਜੇ ਲੋਕ ਅੰਦਰ ਹੀ ਰਲ ਕੇ ਔਰ ਇਕੱਲੇ ਬੰਦੇ ਦਾ ਕੰਮ ਨਹੀਂ ਇਹ ਘੱਟ ਤੋਂ ਘੱਟ 5-7 ਬੰਦਿਆਂ ਦਾ ਕੰਮ ਆ ਔਰ ਮੈਂ ਆਪਣੇ ਵੱਲੋਂ ਇਸ ਪੰਜਾਬ ਸਰਕਾਰ ਜਿਹੜੀ ਮਾਨ ਸਰਕਾਰ ਦੀ ਨਿਖੇਧੀ ਕਰਦਾ ਲਗਾਤਾਰ ਪੰਜਾਬ 'ਚ ਵਾਰਦਾਤਾਂ ਹੋ ਰਹੀਆਂ ਕੋਈ ਬੰਦੇ ਮਰ ਰਹੇ ਆ ਕੁਛ ਦੇਖੋ ਜੇ ਇਹ ਨਸ਼ੇ ਦੇ ਨਾਲ ਕੀ ਹਾਲ ਕੀਤਾ ਇਹਨਾਂ ਨੇ ਰੋਟੀ ਦੇ ਵਿੱਚ ਸਬਜ਼ੀ ਦੇ ਵਿੱਚ ਪਾ ਕੇ ਨਸ਼ਾ ਰਾਤ ਉਹ ਆਪਣੇ ਨਸ਼ੇ 'ਚ ਹੋ ਗਏ ਅਤੇ ਰਾਤ ਸਾਰੀ ਲੱਗੇ ਰਹੇ ਹੋਣੇ ਆ ਸਵੇਰੇ ਕਿੰਨੇ ਵਜੇ ਇੱਥੇ ਦਾ ਜਿਹੜਾ DB ਵਗੈਰਾ ਜੋ ਸਾਰਾ ਕੁਛ ਇੱਥੋਂ ਲੈ ਕੇ ਕੋਈ ਚੀਜ਼ ਉਹਨਾਂ ਨੇ ਛੱਡੀ ਨਹੀਂ ਕਿੰਨੇ ਵਿਅਕਤੀ ਸਰ ਜਿਹੜੇ ਜੋ ਲੱਗਦੇ ਆ ਅੱਧੀ ਦਰਜਨ ਤਾਂ ਹਲੇ ਦਾਖਲ ਹੀ ਆ ਗਾਂਧੀ ਹਸਪਤਾਲ ਦੇ ਵਿੱਚ ਔਰ ਬਾਕੀ ਜਿਹੜੇ ਨਾਲ ਆਏ ਆ ਉਹਨੂੰ ਪਤਾ ਲੱਗੂਗਾ ਮੈਂ ਤਾਂ ਪੁਲਿਸ ਤੋਂ ਮੰਗ ਕਰਦਾ SSP ਸਾਹਿਬ ਤੋਂ ਇਹ 24 ਘੰਟੇ ਦੇ ਅੰਦਰ ਇਹ ਸਾਡੀ ਜਿਹੜੀ ਆ ਵਾਰਦਾਤ ਲੱਭੀ ਜਾਵੇ ਤਾਂ ਕਿ ਫਗਵਾੜੇ ਦੇ ਵਿੱਚ ਲੋਕਾਂ ਦੀ ਆਮ ਸ਼ਾਂਤੀ ਨਹੀਂ ਤਾਂ ਲੋਕ ਡਰੇ ਹੋਏ ਹੋਏ ਆ ਜਿੱਦਾਂ ਦੀ ਇਹ ਵਾਰਦਾਤ ਹੁੰਦੀ ਆ ਲੋਕ ਆਪਣੇ ਘਰਾਂ 'ਚ ਸੁਰੱਖਿਅਤ ਨਹੀਂ ਹੈਗੇ ਸਰ ਲਗਭਗ ਨੁਕਸਾਨ ਕਿੰਨਾ ਹੋ ਗਿਆ ਇਹਨਾਂ ਦਾ ਦੇਖੋ ਹੁੰਦਾ ਦੱਸੂਗੇ ਉਹ ਜਦੋਂ ਬਾਹਰ ਉੱਠੂਗੇ ਨਸ਼ੇ ਉੱਠਣ ਤੋਂ ਬਾਅਦ ਹੀ ਪਤਾ ਲੱਗੂ ਕਿੰਨਾ ਸੋਨਾ ਕਿੰਨਾ ਰੁਪਈਆ ਕਿੰਨਾ ਗਿਆ ਹੁਣ ਤਾਂ ਚੋਰੀ ਹੋਈ ਆ ਜਦ ਆਪ ਹੀ ਨਹੀਂ ਠੀਕ ਹੈਗੇ ਆਪ ਨਸ਼ੇ ਦੇ ਵਿੱਚ ਆ ਮੈਂ ਕਿੱਦਾਂ ਕਹਿ ਸਕਦਾ ਪਰ ਮੈਂ ਸਰਕਾਰ ਦੀ ਨਿੰਦਾ ਕਰਦਾ ਇਹ ਸਰਕਾਰ ਫੇਲ ਆ ਔਰ ਲੋਕ ਸੁਰੱਖਿਅਤ ਨਹੀਂ ਇਹ ਸਰਕਾਰ ਤੋਂ ਜਿੱਦਾਂ ਸਰ ਸ਼ਹਿਰ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਬਹੁਤ ਵੱਧ ਰਹੀਆਂ ਵਾ ਕੀ ਪ੍ਰਸ਼ਾਸਨ ਕੋਲ ਮੰਗ ਰੱਖਦੇ ਹਾਂ ਪ੍ਰਸ਼ਾਸਨ ਕੋਲ ਇਹੀ ਮੰਗ ਕਰਦੇ ਹਾਂ ਵੀ ਆਮ ਨਾਗਰਿਕ ਸੁਰੱਖਿਅਤ ਕਿੱਥੋਂ ਆ ਜੇ ਆਮ ਨਾਗਰਿਕ ਸੁਰੱਖਿਅਤ ਨਹੀਂ ਤਾਂ ਕਿੱਦਾਂ ਚੱਲੂਗਾ ਕੋਈ ਸ਼ਹਿਰ ਦੇ ਵਿੱਚ ਕਿਸੇ ਤਰ੍ਹਾਂ ਦਾ ਕਿਸੇ ਸਕਿਉਰਿਟੀ ਮੰਗ ਲਓ ਉਹ ਨਹੀਂ ਦਿੰਦੇ ਮਤਲਬ ਇੱਦਾਂ ਦਾ ਹਾਲ ਹੋਇਆ ਸਰਕਾਰ ਦਾ ਸਰਕਾਰ ਨਾਂ ਦੀ ਫੇਲ ਆ ਮੈਂ ਇਹ ਕਹਿੰਦਾ ਸਰ ਪਟੇਲ ਨਗਰ ਦੇ ਵਿੱਚ ਖੜੇ ਅੱਜ ਕੀ ਮਾਮਲਾ ਕੀ ਜਿਹੜਾ ਨਿਊ ਪਟੇਲ ਨਗਰ ਦੇ ਵਿੱਚ ਖੜਾ ਵਾਂ ਮੇਰੇ ਬ੍ਰਦਰ ਆ ਸਰਦਾਰ ਅਜੀਤ ਸਿੰਘ ਬਾਲੀਆ ਜੀ ਉਹਨਾਂ ਦੇ ਘਰ ਉਹਨਾਂ ਨੇ ਨੌਕਰ ਰੱਖਿਆ ਸੀ 15 ਕੁ ਦਿਨ ਪਹਿਲਾਂ ਚੰਡੀਗੜ੍ਹ ਤੋਂ ਬੰਦਾ ਸੀ ਉਹ ਉਹਨੇ ਭੇਜਿਆ ਸੀਗਾ ਮੈਨੂੰ ਸਵੇਰੇ 6 ਵਜੇ ਕਾਲ ਆਈ ਆ ਅਤੇ ਆ ਕੇ ਦੇਖਿਆ ਉਹ ਇਹਨਾਂ ਸਾਰਿਆਂ ਨੂੰ ਸਬਜ਼ੀ ਦੇ ਵਿੱਚ ਜ਼ਹਿਰ ਵਗੈਰਾ ਜਾਂ ਨਸ਼ੀਲੀ ਪਦਾਰਥ ਦੇ ਕੇ ਗਏ ਵਾ ਜਿਹਦੇ ਵਿੱਚ ਭਾਜੀ ਵੀ ਬੇਹੋਸ਼ ਆ ਭਾਬੀ ਵੀ ਬੇਹੋਸ਼ ਆ ਅਤੇ ਮੇਰੇ ਮਾਸੀ ਜੀ ਆ ਉਹ ਵੀ ਬੇਹੋਸ਼ ਆ ਉਹਨਾਂ ਦੇ ਨਾਲ ਨਰਸ ਰੱਖੀ ਹੋਈ ਆ ਉਹ ਵੀ ਬੇਹੋਸ਼ ਸੀ ਟੋਟਲ ਕਿੰਨੇ ਵਿਅਕਤੀ 2 ਨੌਕਰ ਆ ਇੱਕ ਲੇਡੀ ਆ ਇੱਕ ਜੈਂਟਸ ਆ ਜਿਹੜੇ 2 ਹੋਰ ਨੌਕਰ ਆ ਟੋਟਲ 6 ਜਣੇ ਆ 6 ਦੇ 6 ਹੀ ਬੇਹੋਸ਼ ਆ ਅਤੇ ਆਪਾਂ ਨੂੰ ਕਿੱਦਾਂ ਪਤਾ ਲੱਗਾ ਸਰ ਇਹ ਕੀ ਚੋਰੀ ਦੀ ਵਾਰਦਾਤ ਕਰ ਗਏ ਜਾਂ ਜਦੋਂ ਸਵੇਰੇ 5:30 ਵਜੇ ਭਾਬੀ ਨੂੰ ਹੋਸ਼ ਆਇਆ ਅਤੇ ਉਹਨਾਂ ਨੇ ਡਾਕਟਰ ਸੂਰ ਸਾਹਿਬ ਨੂੰ ਉਹਨਾਂ ਦੀ ਕੋਠੀ ਨਾਲ ਉਹਨਾਂ ਨੂੰ ਜਾ ਕੇ ਉਠਾਇਆ ਉਹ ਆਏ ਆ ਉਹਨਾਂ ਨੇ ਇਹਨਾਂ ਨੂੰ ਚੈੱਕ ਕੀਤਾ ਪਹਿਲਾਂ ਉਹਨਾਂ ਨੇ ਫਿਰ ਫੋਨ ਕੀਤੇ ਆ ਡਾਕਟਰ ਸੂਚ ਨੇ ਫਿਰ ਅਸੀਂ ਆਏ ਆ ਕੇ ਦੇਖਿਆ ਅਤੇ ਇਹਨਾਂ ਨੂੰ ਹੋਸਪਿਟਲ ਭੇਜਿਆ ਵਾ ਘਰ ਦੇ ਵਿੱਚ ਸਾਰਾ ਇਕੱਲਾ ਇਕੱਲਾ ਕਮਰਾ ਇਕੱਲੀ ਇਕੱਲੀ ਬਾਰੀ ਸਭ ਕੁਛ ਤੋੜਿਆ ਆ ਅੰਦਰ ਲੋਕਰ ਸੀ
लोकर तोड़िया उहदे विच ज्वैलरी कैश जो भी होगा वह तो भाजी नूं पता जां भाभी नूं पता पर सारा कुछ लै गए आ कोई सीसीटीवी कैमरे जाए बंदे डीवीआर भी लै गए आ ते की प्रशासन को मंग रहे असीं तां इंसाफ की मंग करते हैं भी इस तरह के चोरिया इदा का काम बहुत माड़ा आ शहर के लोगों नूं सेफ्टी नहीं हैगी जे इदा हो सकती है तो फिर बोलो कि कितने सुरक्षित आ। उधर मौके पर घटना का जायजा लैन पुजे पुलिस अधिकारी का कहना है कि पीड़ित परिवार के बयान के आधार से नौकर चोर के खिलाफ कार्रवाई की जाएगी। ये थोड़ी देर पहले ही सानू एक फोन कॉल आई थी कि इतने कोठी के कोई चोरी हुई है जो असं इतने मौके पर पहुंचे हाँ ये न्यू पटेल नगर गली नंबर 2 अजीत सिंह वालिया की कोठी है ये जो इन्होंने नौकर वालों ही इन्हों सारी फैमिली खाने के कोई नशीली चीज़ मिला के देती गई है तो उस तो बाद उन्हें घर के चोरी की है तो जो असी इसका परिवार के मैंबर सारे हॉस्पिटल पहुँचा दिता है हालत सारे की ठीक है बिल्कुल। तो सर किन्ने मैंबर है इन्हों परिवारिक मैंबर इन्ह के अजीत सिंह वाली है उन्होंने वाइफ उन्होंने मदर तो एक उन्होंने प्राइवेट नर्स रखी हुई थी तो 2 सर्वेंट से। तो सर की कार्रवाई वगैरह कर रहे हैं असी हाँ इन्हों थोड़ा होश आती है तो इन्हों स्टेटमेंट से जोड़ा इन्ह का नौकर वो खिलाफ़ मुकदमा दर्ज करा तो उन्होंने जल्द तो जल्द गिरफ्तार करेंगे। सर कोई सीसीटीवी कैमरे जाए बंदे सीसीटीवी कैमरे लग गए असं चैक कर रहे हैं पर जोड़ा इन्हों के घर के लग्या डीवीआर उतार के गए। जेकर तुसी अपने घर में कोई नौकर रख्या है तो उस उत्ते बाज वर्गी अख रखो किते ओ नौकर तुहाडी जान ना लै लवे। हकीकी टीवी पंजाबी लई जलंधर तो दविंदर कुमार की रिपोर्ट।